ਐਸਟਰਾਜੈਨੇਕਾ ਦਵਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਬਲੱਡ ਕਲੋਟਿੰਗ ਦਾ ਮੁੱਦਾ ਬਾਰ ਬਾਰ ਉਹਨਾਂ ਕੁਝ ਦੇਸ਼ਾਂ ਨੂੰ ਇਸ ਦੇ ਇਸਤੇਮਾਲ ਦੇ ਲਈ ਚਿੰਤਾ ਦੇ ਵਿੱਚ ਪਾ ਰਿਹਾ, ਪਰ EMA ਨੇ ਇਸ ਦੇ ਲਿੰਕ ਦੀ ਖੋਜ ਕਰ ਲਈ ਹੈ। ਏਜੰਸੀ ਨੇ ਕਿਹਾ ਹੈ ਕਿ ਜੋਖਮਾਂ ਦੀ ਤੁਲਨਾ ਵਿੱਚ ਇਸ ਟੀਕੇ ਦੇ ਹੁਣ ਵੀ ਫਾਇਦੇ ਜ਼ਿਆਦਾ ਨੇ। EMA ਦੇ ਬਿਆਨ ਦੇ ਤੁਰੰਤ ਬਾਅਦ ਬ੍ਰਿਟੇਨ ਦੇ ਮੈਡੀਸਨ ਰੈਗੂਲੇਟਰ ਨੇ ਐਸਟਰਾਜੈਨੇਕਾ ਵੈਕਸੀਨ ਨੂੰ ਬਿਹਤਰ ਦੱਸਿਆ ਹੈ। ਯੂਰਪੀ ਦਵਾਈ ਨਿਯਾਮਕ ਯੂਰਪੀਅਨ ਮੈਡੀਸਨ ਏਜੰਸੀ EMA ਨੇ ਦਾਅਵਾ ਕੀਤਾ ਹੈ ਕਿ ਉਹਨਾਂ ਐਸਟਰਾਜੈਨੇਕਾ ਦੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਕੁਝ ਲੋਕਾਂ ਦੇ ਵਿੱਚ ਬਲੱਡ ਕਲੋਟਿੰਗ ਦੇ ਵਿੱਚ ਸੰਭਾਵਿਤ ਲਿੰਕ ਦੀ ਤਲਾਸ਼ ਕੀਤੀ ਹੈ। ਹਾਲਾਂਕਿ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਜੋਖਮਾਂ ਦੀ ਤੁਲਨਾ ਦੇ ਵਿੱਚ ਇਸ ਟੀਕੇ ਦੇ ਹੁਣ ਕੀ ਫਾਇਦੇ ਜ਼ਿਆਦਾ ਨੇ। EMA ਦੀ ਐਗਜ਼ੀਕਿਊਟਿਵ ਡਾਇਰੈਕਟਰ ਨੇ ਕਿਹਾ ਹੈ ਕਿ ਐਸਟਰਾਜੈਨੇਕਾ ਦੀ ਟੀਕਾ ਲਗਾਏ ਜਾਣ ਤੋਂ ਬਾਅਦ ਬਲੱਡ ਕਲੋਟਸ ਬਣਨ ਦੇ ਕਥਿਤ ਮਾਮਲਿਆਂ ਨੂੰ ਟੀਕੇ ਦੇ ਸੰਭਾਵਿਤ ਨੁਕਸਾਨਾਂ ਦੇ ਰੂਪ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਬਲੱਡ ਕਲੋਟਸ ਦੇ ਘੱਟ ਪਲੇਟਲੈਟਸ ਦੇ ਮੇਲ ਦੀ ਸੰਭਾਵਿਤ ਵਿਆਖਿਆ ਇਮਿਊਨ ਰਿਸਪੌਂਸ ਦੇ ਰੂਪ ਦੇ ਵਿੱਚ ਹੋ ਸਕਦੀ ਹੈ, ਜੋ ਕਿ ਕਦੇ ਕਦੇ ਹੈਪੈਰਿਨ ਤੋਂ ਮਰੀਜ਼ਾਂ ਦੇ ਇਲਾਜ ਦੌਰਾਨ ਦਿਖਦੀ ਹੈ। EMA ਦੇ ਬਿਆਨ ਦੇ ਤੁਰੰਤ ਬਾਅਦ ਬ੍ਰਿਟੇਨ ਦੇ ਮੈਡੀਸਨ ਰੈਗੂਲੇਟਰ ਨੇ ਐਸਟਰਾਜੈਨੇਕਾ ਵੈਕਸੀਨ ਨੂੰ ਬਿਹਤਰ ਦੱਸਿਆ ਹੈ। ਹਾਲਾਂਕਿ ਬਲੱਡ ਕਲੋਟਿੰਗ ਦੇ ਰੇਅਰ ਮਾਮਲਿਆਂ ਨੂੰ ਦੇਖਦੇ ਹੋਏ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਫਾਈਜ਼ਰ ਤੇ ਮਾਡਰਨਾ ਕੰਪਨੀ ਦੇ ਟੀਕੇ ਲਗਾਏ ਜਾਣੇ ਚਾਹੀਦੇ ਨੇ। ਪੂਰੀ ਦੁਨੀਆ ਦੇ ਵਿੱਚ ਜਿਸ ਤੇਜ਼ੀ ਨਾਲ ਨਵੇਂ ਕੇਸ ਵੱਧ ਰਹੇ ਨੇ ਉਹ ਡਰਾਉਣ ਵਾਲਾ ਹੈ। ਸਭ ਤੋਂ ਚਿੰਤਾ ਇਸ ਗੱਲ ਦੀ ਵੀ ਹੈ ਕਿ ਵੈਕਸੀਨੇਸ਼ਨ ਸ਼ੁਰੂ ਹੋਣ ਤੋਂ ਬਾਅਦ ਇਸ ਦੇ ਵਿੱਚ ਫਿਰ ਤੋਂ ਵਾਧਾ ਹੋਇਆ ਹੈ। 7 ਜਨਵਰੀ ਨੂੰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸੀ, 21 ਫਰਵਰੀ ਨੂੰ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਸੀ। ਇਸ ਦੌਰਾਨ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਵੀ ਲਗਾਈ ਗਈ। ਕੋਰੋਨਾ ਵਾਇਰਸ ਦਾ ਸਭ ਤੋਂ ਖਤਰਨਾਕ B.1.1.7 UK ਵੈਰੀਅੰਟ ਅਮਰੀਕਾ ਦੇ ਸਾਰੇ 50 ਸੂਬਿਆਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਚੁੱਕਿਆ ਹੈ। ਅਮਰੀਕਾ ਵਿੱਚ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਪਿਛਲੇ 4 ਹਫ਼ਤਿਆਂ ਤੋਂ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦੇ ਚੀਫ਼ ਮੈਡੀਕਲ ਐਡਵਾਈਜ਼ਰ ਐਂਥਨੀ ਫੋਸੀ ਨੇ ਲੋਕਾਂ ਤੋਂ ਅਜੇ ਵੀ ਕੁਝ ਦਿਨਾਂ ਤੱਕ ਬਾਹਰ ਘੱਟੋ ਘੱਟ ਨਿਕਲਣ ਦੀ ਅਪੀਲ ਕੀਤੀ ਹੈ। ਯੂਰਪ ਦੇ ਡਰੱਗ ਰੈਗੂਲੇਟਰ EMA ਨੇ ਇਨ੍ਹਾਂ ਗੱਲਾਂ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਆਕਸਫੋਰਡ ਐਸਟ੍ਰਾਜੈਨੇਕਾ ਵੈਕਸੀਨ ਤੋਂ ਬਾਅਦ ਰੇਅਰ ਬਲੱਡ ਕਲੋਟ ਵਰਗੇ ਮਾਮਲਿਆਂ ਨੂੰ ਲੈ ਕੇ ਕੋਈ ਲਿੰਕ ਹੋਣ ਦੀ ਗੱਲ ਆਖੀ ਸੀ। EMA ਦੇ ਐਕਸਪਰਟਸ ਦਾ ਕਹਿਣਾ ਹੈ ਕਿ ਅਸੀਂ ਅਜੇ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਅਗਲੇ 2 ਦਿਨਾਂ ਵਿੱਚ ਇਸ ਦੀ ਰਿਪੋਰਟ ਮਿਲ ਜਾਏਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅਗਲੇ ਹਫ਼ਤੇ ਤੋਂ ਅਨਲੌਕ ਦਾ ਦੂਜਾ ਫੇਜ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਡੇਟਾ ਮੁਤਾਬਕ ਦੇਸ਼ ਨੇ ਲਾਕਡਾਊਨ ਦੀਆਂ ਪਾਬੰਦੀਆਂ ਆਸਾਨ ਕਰਨ ਦੇ ਲਈ ਸਾਰੇ 4 ਟੈਸਟ ਪੂਰੇ ਕਰ ਲਏ ਨੇ ਅਤੇ ਪਾਬੰਦੀਆਂ ਨੂੰ ਅੱਗੇ ਵਧਾਉਣ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।